अजीत वैब टीवी ते आप जी का स्वागत है। मैं हाँ फिरोजपुर तो जसविंदर सिंह संधु। करोना काल के चलदिया पिछले करीब पौने दो साल तो जिहड़े स्कूल लाइव जिहड़े बंद सीगियां, क्लासां बंद सीगियां अते हुण पंजाब सरकार दे दिशा निर्देशों ते सिक्ख्या विभाग वालों अज तो जिहड़े स्कूलां जिहड़ी सिक्ख्या शुरू की गई है अते जिस विच 10वीं 11वीं 12वीं जिहड़े जमात दे विद्यार्थियों नूं स्कूलों च क्लासां लाउण दी खुल दित्ती गई है, वह भी उन्हां दे मापियां दे जिहड़े सहमति नाल। अज असी गल करते हैं जिला फिरोजपुर की, जिथे करीब 125 स्कूल जिहड़े हाई अते सैकेंडरी स्कूल हैगे जिथे 10वीं 11वीं 12वीं दीआं क्लासां लग रही हैं। अज सीनियर सैकेंडरी स्कूल फिरोजपुर लड़के असी पहुंचे हाँ जिथे देखते हैं कि बच्चे किस तरह स्कूल च आ के अज पहले दिन क्लासां लगा रहे हैं अते ओह की महसूस करते हैं क्लासां नूं। आओ आपां गल करते हैं गौरमेंट सीनियर सैकेंडरी स्कूल लड़के च जिहड़ी क्लास लग रही उहदे आपां अंदर चलते हैं। देखो किस तरह बच्चे समाजिक दूरियां रख के मास्क लगा के आपो अपने स्टडी लै रहे हैं, अध्यापक उन्होंने पढ़ा रहे हैं। ये कितने ना कितने पिछले काफ़ी समय तो जिहड़े विद्यार्थियों नूं ये कमी रड़क रही थी जिहड़े करोना करके उन्होंने तो जिहड़े स्कूल खुसे सी, स्कूल बंद सी, अज वह करीब पौने दो साल बाद फिर तो क्लासां च अपने साथियों नाल बैठ के जिहड़े वो पढ़ाई पढ़ रहे हैं, एजुकेशन लै रहे हैं। असी इस टॉपिक ते अज गल करते हैं सीनियर सैकेंडरी स्कूल के प्रिंसीपल सरदार जगदीप पाल सिंह जी नाल। ओ की कहिंदे हन सर, स्वागत है जी तुहाडा। सर सब तो पहला मैं अजीत दा धन्नवाद करदा कि जिन्हां ने इस टॉपिक नूं कवर करन लई साडे स्कूल की चोण की है। इस दिन का चा सारे स्टाफ नूं सी, क्योंकि पहला स्टाफ आ रहा सी तां सिर्फ ऑनलाइन क्लासां लगाउंदे सीगे, तां उस तों बाद जो विभाग दीआं योजनावां सी उहदे विच कम करदे सी। अज जदों सुबह 8 बजे तां बच्चिआं दा आउणा जाणा शुरू हो गया सी, और इस दे विच बच्चिआं ने इस गल दे विच खुशी महसूस कीती है कि जो पढ़ाई क्लासरूम च बैठ के टीचर दे रूबरू हुंदी है वह ऑनलाइन पढ़ाई दे नालों किते ज़्यादा बैटर हुंदी है। पर कोविड महामारी कारण जिथे लगभग पिछले 2 साल तो स्कूल बंद सी, ਤਾਂ ਉਹ ਇੱਕ ਨਵੀਂ ਪ੍ਰਥਾ ਸ਼ੁਰੂ ਹੋਈ ਹੈ ਕਿ ਬੱਚਿਆਂ ਨੇ ਘਰ ਬੈਠਣ ਕੇ ਮੋਬਾਈਲ ਦੀ ਵਰਤੋਂ ਕਰਨ ਦੇ ਨਾਲ ਨਾਲ ਇਸ ਨੂੰ ਜ਼ਿਆਦਾ ਚੋਣ ਕੀਤੀ ਹੈ, ਕਿਉਂਕਿ ਮੋਬਾਈਲ ਦੇ ਨਾਲ ਪੜ੍ਹਾਈ ਕਰਨ ਦੇ ਵਿੱਚ ਕਈ ਪ੍ਰਕਾਰ ਦੀ ਪ੍ਰੋਬਲਮਸ ਆਉਂਦੀਆਂ ਸੀ, ਤਾਂ ਉਹਨਾਂ ਪ੍ਰੋਬਲਮ ਜਦੋਂ ਅਸੀਂ ਸਰਕਾਰ ਨੂੰ ਦੱਸਿਆ, ਸਰਕਾਰ ਨੇ ਉਹ ਪੜ੍ਹਾਈ ਡਿਸ਼ ਟੀਵੀ ਦੇ ਉੱਤੇ ਫ੍ਰੀ ਚੈਨਲ ਦੇ ਨਾਲ ਹੀ ਸ਼ੁਰੂ ਕੀਤੀ, ਉਹਦੇ ਨਾਲ ਕੁਛ ਤਾਂ ਫਾਇਦਾ ਹੋਇਆ, ਪਰ ਜ਼ਿਆਦਾ ਫਾਇਦਾ ਬੱਚਿਆਂ ਨੂੰ ਸਾਹਮਣੇ ਫੇਸ ਟੂ ਫੇਸ ਪੜ੍ਹਾਈ ਕਰਨ ਦੇ ਵਿੱਚ ਹੈ, ਜਿਸ ਦਾ ਬੱਚੇ ਅੱਜ ਤੋਂ ਇਸ ਦਾ ਲਾਭ ਉਠਾਉਣਗੇ। ਬਿਲਕੁਲ ਜੀ, ਇੱਕ ਗੱਲ ਤੁਸੀਂ ਅਜੀਤ ਦਰਸ਼ਕਾਂ ਦੇ ਸਾਹਮਣੇ ਰੱਖੋ, ਜਿਹੜੇ ਬੱਚਿਆਂ 'ਚ ਅੱਜ ਜਿਹੜੇ ਕਿੰਨੀ ਕੁ ਗਿਣਤੀ ਸਕੂਲ ਮੁਤਾਬਕ ਦਾਖਲੇ ਮੁਤਾਬਕ ਹੋਈ ਹੈ? ਸਰ ਅੱਜ ਇਸ ਸਕੂਲ ਦੇ ਵਿੱਚ 1360 ਬੱਚੇ ਐਡਮਿਸ਼ਨ ਲੈ ਚੁੱਕੇ ਹੈ ਅੱਜ ਤੱਕ, ਤਾਂ ਅੱਜ ਹਜੇ ਵੀ ਜਿਵੇਂ ਕਿ ਆਪਾਂ ਤੁਸੀਂ ਗੇਟ ਤੋਂ ਦੇਖ ਲਓ ਕਿ ਬੱਚੇ ਆਪਣੇ ਪੇਰੈਂਟਸ ਨਾਲ ਆ ਰਹੇ ਨੇ, ਔਰ ਬੱਚੇ ਪੇਰੈਂਟਸ ਨਾਲ ਆ ਰਹੇ ਅਤੇ ਆਪਣਾ ਜੋ ਜੁਲਾਈ ਟੈਸਟ ਹੋਏ ਆ ਉਹਨਾਂ ਦੇ ਬਾਰੇ, ਕੁਝ ਜਿਹੜੇ ਨਵੇਂ ਬੱਚੇ ਜਿਨ੍ਹਾਂ ਦੀ ਐਡਮਿਸ਼ਨ ਹੋਈ ਹੈ ਉਹ ਸਕੂਲ ਨੂੰ ਦੇਖਣ ਦੇ ਲਈ ਔਰ ਟੀਚਰ ਦੇ ਰੂਬਰੂ ਹੋਣ ਦੇ ਲਈ ਵੀ ਆ ਰਹੇ ਹੈ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਬੱਚੇ ਨੂੰ ਕਿਹੜਾ ਟੀਚਰ ਪੜ੍ਹਾ ਰਿਹਾ ਹੈ। ਔਰ ਇੱਕ ਬੱਚਿਆਂ ਦੇ ਮਾਂ ਬਾਪ 'ਚ ਇੱਕ ਗੱਲ, ਬੀਇੰਗ ਏ ਪ੍ਰਿੰਸੀਪਲ ਮੈਂ ਅੱਜ ਸੁਬਹਾ ਤੋਂ ਲੈ ਕੇ ਹੁਣ ਤੱਕ ਇਹ ਵੇਖ ਰਿਹਾ ਵੀ ਮਾਂ ਬਾਪ ਇਸ ਗੱਲ 'ਚ ਜਾਣਨ 'ਚ ਇੱਛੁੱਕ ਹੈ ਕਿ ਸਾਡੇ ਬੱਚੇ ਨੂੰ ਸਿਲੇਬਸ ਕਿੰਨਾ ਕਰਵਾਇਆ ਜਾਵੇਗਾ, ਜੋ ਸਿਲੇਬਸ ਬੱਚਿਆਂ ਦਾ ਪਹਿਲਾਂ ਹੋ ਗਿਆ ਉਹ ਬੱਚਿਆਂ ਨੂੰ ਕਿਵੇਂ ਕੰਪਲੀਟ ਕਰਵਾਇਆ ਜਾਵੇਗਾ। ਤਾਂ ਇਸ ਦੇ ਵਿੱਚ ਸਾਰੇ ਸਾਡੇ ਸਟਾਫ ਮੈਂਬਰ ਦੀ ਇੱਕ ਪਰਸਨਲ ਮੀਟਿੰਗ ਹੋਈ ਸੀ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਜੋ ਪਹਿਲਾਂ ਸਿਲੇਬਸ ਅਸੀਂ ਔਨਲਾਈਨ ਕਰਵਾ ਚੁੱਕੇ ਹਾਂ ਉਹਦੀ ਦੁਬਾਰਾ ਵੀ ਰਿਵੀਜ਼ਨ ਅਸੀਂ ਸ਼ੁਰੂ ਕਰਵਾਵਾਂਗੇ, ਤਾਂ ਜੋ ਬੱਚਿਆਂ ਨੂੰ ਜੋ ਕਿ 2 ਸਾਲ ਬਾਅਦ ਸਕੂਲ ਦੇ ਵਿੱਚ ਆਉਣ ਲੱਗੇ ਹੈ ਉਹਨਾਂ ਨੂੰ ਪੜ੍ਹਾਈ ਦੇ ਨਾਲ ਜੋੜਿਆ ਜਾ ਸਕੇ ਔਰ ਪੜ੍ਹਾਈ ਦੇ ਵਿੱਚ ਉਹਨਾਂ ਦਾ ਇੰਟਰਸਟ ਕ੍ਰੀਏਟ ਕੀਤਾ ਜਾ ਸਕੇ। ਔਰ ਦੂਸਰੀ ਗੱਲ, ਇੱਕ ਕੁਝ ਬੱਚੇ ਉਹ ਵੀ ਹੈ ਜਿਨ੍ਹਾਂ ਨੇ 2-2 ਸਾਲ ਤੋਂ ਪੜ੍ਹਾਈ ਛੱਡੀ ਹੋਈ ਸੀ ਪਰ ਉਹਨਾਂ ਨੇ ਵੀ ਪੜ੍ਹਨ ਦਾ ਮਨ ਬਣਾਇਆ, ਤਾਂ ਉਹ ਵੀ ਬੱਚੇ ਦਾਖਲਾ ਲੈ ਗਏ। ਮੇਰੇ ਕੋਲ ਇਸ ਟਾਈਮ ਉੱਤੇ ਲਗਭਗ 32 ਬੱਚੇ ਐਸੇ ਆਏ ਹੈ ਜਿਹੜੇ ਕਿ ਪਹਿਲਾਂ ਕਿਸੇ ਕਾਰਨ ਕੋਈ 2 ਸਾਲ ਤੋਂ ਕੋਈ ਸਾਲ ਤੋਂ ਪੜ੍ਹਾਈ ਵਿੱਚ ਛੱਡ ਚੁੱਕਿਆ ਸੀ, ਉਹਨਾਂ ਨੇ ਹੁਣ ਪੜ੍ਹਨ ਦਾ ਮਨ ਬਣਾਇਆ ਹੈ ਕਿ ਅਸੀਂ ਫਿਰ ਇਸ ਮੁੱਖ ਧਾਰਾ 'ਚ ਸ਼ਾਮਿਲ ਹੋ ਕੇ ਆਪਦੇ ਆਪਣੇ ਇੱਕ ਸਮਾਜ ਦਾ ਅੰਗ ਬਣਾਉਣਾ ਹੈ। ਬਿਲਕੁਲ ਜੀ, ਜਿਹੜੇ ਔਨਲਾਈਨ ਸਟੱਡੀ ਸ਼ੁਰੂ ਹੋਣ ਕਰਕੇ ਕਰੋਨਾ ਕਾਲ ਦੇ ਚੱਲਦਿਆਂ ਕੁਝ ਬੱਚੇ ਜਿਹੜੇ ਸਕੂਲ ਤੋਂ ਦੂਰ ਹੋ ਗਏ ਸੀ, ਅੱਜ 2 ਸਾਲ ਬਾਅਦ ਉਹ ਫਿਰ ਸਕੂਲਾਂ 'ਚ ਦਾਖਲ ਹੋਏ ਆ ਅਤੇ ਕੁਝ ਨਵੇਂ ਬੱਚੇ ਵੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਦਾਖਲ ਹੋਏ ਆ। ਅਸੀਂ ਗੱਲ ਕਰਦੇ ਹਾਂ ਜਿਹੜੇ ਵਿਦਿਆਰਥੀ ਉਹ ਕੀ ਕਹਿੰਦੇ ਆ ਇਹਦੇ ਬਾਰੇ। ਹਾਂਜੀ, ਤੁਹਾਡਾ ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ। ਅਨਮੋਲ ਸਿੰਘ ਮੇਰਾ ਨਾਮ ਹੈ, ਸਨ ਆਫ ਅਵਤਾਰ ਸਿੰਘ।
सर अनमोल जी तुसी आज किवें महसूस कर रहे हो स्कूल च आके? बहुत वधिया महसूस कर रहे हैं क्योंकि पिछले 2 साल तो स्कूल बंद पए हुए थे, इस करके घर भी ऑनलाइन स्टडी ओडी वधिया तरीके नाल नहीं सी हो रही, नैटवर्क कई बार प्रॉब्लम आ रही थी, तो इस करके स्कूल आके बहुत वधिया महसूस हो रहा है, बहुत वधिया स्टडी चल रही स्कूल। एक गल होर दसो भी तुहानू तुहाडे मापे की कह रहे हैं स्कूल बारे, उन्होंने आने बारे जां क्लासां लाउण बारे उन्होंने की राय है? पेरेंट्स तो यही कहते हैं भी स्कूल जिन्ना वधिया जिन्ना स्कूल लगन गए उन्ना वधिया बच्चे स्टडी वधिया तरीके नाल होएगी, तो ऑनलाइन वो क्लासा विच जिवें वो गल नहीं बनती जिवें आप स्टडी करते हैं, तो इत्थे स्कूल विच आपां किसी भी टीचर तो कुछ भी समझना होवे तो आप कोल बैठ के टीचर दे चंगी तरह समझ सकते हैं। ਤੁਸੀਂ ਜਿਹੜੇ ਤੁਹਾਡੇ ਕਰੀਬੀ ਸਾਥੀ ਹੈ ਜਿਹੜੇ ਅੱਜ ਸਕੂਲ 'ਚ ਨਹੀਂ ਪਹੁੰਚ ਸਕੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੇਰੀ ਇਹੀ ਰਾਏ ਆ ਵੀ ਸਕੂਲ ਪਹੁੰਚਣ, ਸਕੂਲ ਸਟੱਡੀ ਕਰਨ ਆਣ ਕੇ ਬਸ। ਬਿਲਕੁਲ ਜੀ, ਵੀਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਆਪਣੇ ਸਾਥੀਆਂ ਨੂੰ ਵੀ ਲਾਮਬੰਦ ਕਰਨਗੇ ਕਿ ਉਹ ਸਕੂਲ ਪਹੁੰਚ ਕੇ ਆਪਣੀ ਜਿਹੜੀ ਸਟੱਡੀ ਲੈਣ। ਅਸੀਂ ਗੱਲ ਕਰਦੇ ਹਾਂ ਸਕੂਲ ਟੀਚਰ ਨਾਲ ਜੋ ਕਲਾਸ ਲੈ ਰਹੇ ਆ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਬੱਚਿਆਂ ਦੀ ਜਿਹੜੀ ਤੁਸੀਂ ਸਟੱਡੀ ਕਰ ਰਹੇ ਹੋ, ਕੀ ਕਿਸ ਲੈਵਲ 'ਤੇ ਖੜ੍ਹੇ? ਅੱਜ ਤੋਂ 2 ਸਾਲ ਬਾਅਦ ਪਹਿਲੇ ਦਿਨ ਕਲਾਸ ਲੱਗੀ ਹੈਗੀ। ਅੱਜ ਬੜਾ ਹੀ ਵਡਭਾਗਾ ਦਿਨ ਹੈਗਾ, ਬੜੇ ਲੰਮੇ ਅਰਸੇ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਦੇ ਨਾਲ ਅਸੀਂ ਰੂਬਰੂ ਹੋਏ ਹਾਂ। ਅਸੀਂ ਦੇਖਿਆ ਕਿ ਬੱਚਿਆਂ ਦੇ ਵਿੱਚ ਵੀ ਬੜਾ ਉਤਸ਼ਾਹ ਹੈਗਾ, ਉਹ ਵੀ ਚਾਹੁੰਦੇ ਸੀ ਕਿ ਉਹਨਾਂ ਦੀਆਂ ਰੈਗੂਲਰ ਕਲਾਸਿਸ ਸਟਾਰਟ ਹੋਣ ਤਾਂ ਜੋ ਟੀਚਰ ਜਿਹੜਾ ਕਿ ਇੱਕ ਰੋਲ ਮਾਡਲ ਹੈ ਉਸ ਤੋਂ ਵੀ ਸਿੱਖ ਸਕਣ, ਔਰ ਉਸ ਤੋਂ ਇਲਾਵਾ ਜੋ ਉਹਨਾਂ ਦੇ ਸਿਲੇਬਸ ਦੇ ਵਿੱਚ ਜੋ ਐਜੂਕੇਸ਼ਨ ਹੈਗੀ ਹੈ ਉਹ ਟੀਚਰ ਦੀ ਹੈਲਪ ਦੇ ਨਾਲ ਵਧੀਆ ਤਰੀਕੇ ਨਾਲ ਹਾਸਲ ਕਰ ਸਕਣ। ਤੋ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਬੱਚਿਆਂ ਲਈ ਔਰ ਸਾਡੇ ਟੀਚਰਸ ਲਈ ਵੀ ਇੱਕ ਖੁਸ਼ੀ ਵਾਲਾ ਦਿਨ ਹੈਗਾ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਹੁਣ ਜਿਹੜਾ ਰੈਗੂਲਰ ਸਾਡੇ ਬੱਚਿਆਂ ਦੇ ਨਾਲ ਤਾਲਮੇਲ ਵਾਲੀਆਂ ਜਿਹੜੀਆਂ ਕਲਾਸਿਸ ਸ਼ੁਰੂ ਹੋਈਆਂ ਨੇ ਇਹ ਇਸੇ ਤਰ੍ਹਾਂ ਹੀ ਪਰਮਾਤਮਾ ਕਰੇ ਲਗਾਤਾਰ ਚੱਲਦੀਆਂ ਰਹਿਣ, ਔਰ ਅਸੀਂ ਆਪਣੀ ਜਿਹੜੀ ਡਿਊਟੀ ਹੈਗੀ ਹੈ ਉਹ ਵਧੀਆ ਤਰੀਕੇ ਨਾਲ ਵਧੀਆ ਐਜੂਕੇਸ਼ਨ ਬੱਚਿਆਂ ਨੂੰ ਦੇ ਸਕੀਏ। ਤੁਸੀਂ ਇੱਕ ਗੱਲ ਜ਼ਰੂਰ ਦੱਸੋ ਵੀ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅੱਜ 2 ਸਾਲ ਬਾਅਦ ਬੱਚੇ ਦੁਬਾਰਾ ਤੋਂ ਕਲਾਸਾਂ ਵਿੱਚ ਆਏ ਆ, ਇਹਨਾਂ ਦੇ ਸਿੱਖਿਆ ਦੇ ਪੱਧਰ ਨਿਵਾਣ ਜਾਂ ਉਚਾਰਨ 'ਚ ਕੋਈ ਫਰਕ ਮਹਿਸੂਸ ਹੋਇਆ? ਬੱਚਿਆਂ ਦੇ ਵਿੱਚ ਬੜੀ ਤੀਬਰ ਇੱਛਾ ਹੈਗੀ ਹੈ ਐਜੂਕੇਸ਼ਨ ਹਾਸਲ ਕਰਨ ਦੀ। ਇਹਨਾਂ ਨੇ ਅਸੀਂ ਜਿਹੜੀਆਂ ਔਨਲਾਈਨ ਕਲਾਸਿਸ ਲਗਾਈਆਂ ਹੈਗੀਆਂ ਸਾਡੇ ਪ੍ਰਿੰਸੀਪਲ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਬੜੀਆਂ ਸਕਸੈਸਫੁਲੀ ਚਲਾਈਆਂ, ਪਰ ਫਿਰ ਵੀ ਅਸੀਂ ਉਹ ਓਨੀ ਵਧੀਆ ਐਜੂਕੇਸ਼ਨ ਔਨਲਾਈਨ ਦੇ ਰਹੀ ਜਾਂ ਬੱਚਿਆਂ ਦੀ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਦਿੱਕਤ ਹੈਗੀ ਸੀ, ਕਿਸੇ ਕੋਲ ਮੋਬਾਈਲ ਨਹੀਂ ਹੈ ਜਾਂ ਨੈੱਟ ਦੀ ਦਿੱਕਤ ਉਹਨਾਂ ਨੂੰ ਪੈ ਜਾਂਦੀ ਸੀ, ਜਾਂ ਸਾਡੇ ਕੋਲ ਕੁਛ ਬੱਚੇ ਬਾਰਡਰ ਏਰੀਏ ਤੋਂ ਰੂਰਲ ਏਰੀਏ ਤੋਂ ਆਉਂਦੇ ਨੇ ਜਿੱਥੇ ਨੈੱਟ ਨਹੀਂ ਚੱਲਦਾ, ਉਹ ਉਸ ਦੇ ਕਾਰਨ ਔਨਲਾਈਨ ਸਾਡੀਆਂ ਕਲਾਸਾਂ ਨਹੀਂ ਲਾ ਪਾਏ, ਅਤੇ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਸਤਰ ਜ਼ਰੂਰ ਇਹਨਾਂ ਕਾਰਨਾਂ ਕਰਕੇ ਥੱਲੇ ਹੋਇਆ ਸੀ। ਪਰ ਹੁਣ ਸਾਨੂੰ ਉਮੀਦ ਹੈ ਕਿ ਜਿਵੇਂ ਕਿ ਰੈਗੂਲਰ ਕਲਾਸਿਸ ਸਟਾਰਟ ਹੋ ਗਈਆਂ ਨੇ, ਬੱਚਿਆਂ ਨਾਲ ਸਾਡਾ ਤਾਲਮੇਲ ਬਣ ਗਿਆ ਹੈਗਾ, ਇਹਨਾਂ ਦੇ ਪੇਰੈਂਟਸ ਵੀ ਆਏ ਸੀ ਉਹ ਵੀ ਚਾਹੁੰਦੇ ਨੇ ਕਿ ਇਹ ਹੁਣ ਇਸੇ ਤਰ੍ਹਾਂ ਹੀ ਪ੍ਰੋਸੈਸ ਚੱਲਦਾ ਰਹੇ। ਅਤੇ ਹਾਂਜੀ ਬਿਲਕੁਲ ਜੀ, ਜਿਹੜੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ, ਉਹਨਾਂ ਨੂੰ ਆਪਣੇ ਬੱਚਿਆਂ ਦੇ ਜਿਹੜੇ ਫਿਊਚਰ ਭਵਿੱਖ ਦੀ ਚਿੰਤਾ, ਅਤੇ ਉਹ ਵੀ ਕਿਤੇ ਨਾ ਕਿਤੇ ਚਾਹੁੰਦੇ ਹਨ ਕਿ ਜਿਹੜੀ ਕਰੋਨਾ ਤੋਂ ਛੁਟਕਾਰਾ ਮਿਲੇ ਅਤੇ ਬੱਚੇ ਉਹਨਾਂ ਦੀ ਸਕੂਲਾਂ ਵਿੱਚ ਦਾਖਲਾ ਲੈ ਕੇ ਸਕੂਲਾਂ 'ਚ ਕਲਾਸਾਂ ਲਗਾ ਕੇ ਉੱਚ ਵਿੱਦਿਆ ਹਾਸਲ ਕਰਨ ਅਤੇ ਅੱਗੇ ਵਧਣ। ਅੱਜ ਪਹਿਲੇ ਦਿਨ ਸਕੂਲ ਖੁੱਲ੍ਹਣ 'ਤੇ ਜਿਹੜੇ ਮਾਪੇ ਉਹ ਵੀ ਬੱਚਿਆਂ ਨੂੰ ਲੈ ਕੇ ਜਿਹੜੇ ਸਕੂਲ 'ਚ ਆ ਰਹੇ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਆ। ਸਵਾਗਤ ਹੈ ਜੀ, ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਕੀਰਤੀ ਵਿਰਜਾ ਜੀ। ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅੱਜ ਜਿਹੜੇ ਸਕੂਲ ਖੁੱਲ੍ਹ ਰਹੇ ਆ? ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ, ਸਕੂਲ ਖੁੱਲ੍ਹੇ ਆ ਅਤੇ ਬੱਚਿਆਂ ਦੀ ਪੜ੍ਹਾਈ ਦਾ ਜੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀਗਾ ਉਸ 'ਤੇ ਕਰਕੇ ਬੱਚੇ ਅੱਜ ਤੋਂ ਪੜ੍ਹ ਸਕਣਗੇ। ਤੁਸੀਂ ਅੱਜ ਜਿਹੜੇ ਬੱਚਿਆਂ ਦੀ ਦਿਨੋਂ ਦਿਨ ਸਵੇਰ ਤੋਂ ਸ਼ਾਮ ਤੱਕ ਜਿਹੜੇ ਉਹ ਬੱਚੇ ਲਗਾਤਾਰ ਆ ਰਹੇ ਆ, ਤੁਸੀਂ ਜਿਹੜੇ ਬੱਚੇ ਨਹੀਂ ਆ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਸਕੂਲ ਖੁੱਲ੍ਹਣ ਬਾਰੇ? ਅਸੀਂ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਹਾਂ, ਜਿਹੜੇ ਬੱਚੇ ਘਰ ਬਹਿ ਕੇ ਟਾਈਮ ਵੇਸਟ ਕਰ ਰਹੇ, ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਬੱਚੇ ਵੀ ਸਕੂਲ ਆਉਣ, ਆ ਕੇ ਆਪਣੀ ਪੜ੍ਹਾਈ ਨੂੰ ਜਾਰੀ ਕਰਨ, ਆਪਣੀ ਪੜ੍ਹਾਈ ਦਾ ਨੁਕਸਾਨ ਨਾ ਕਰਨ ਅਤੇ ਜਲਦ ਤੋਂ ਜਲਦ ਸਕੂਲ ਆਉਣ। ਸਕੂਲ ਸਿੱਖਿਆ ਜਿਹੜੀਆਂ ਕਲਾਸਾਂ ਜਿਹੜੀਆਂ ਉਹ ਸਟਾਰਟ ਹੋਈਆਂ ਉਹਦੇ ਸੰਬੰਧੀ ਅਸੀਂ ਗੱਲ ਕਰਦੇ ਹਾਂ ਸਰਦਾਰ ਲਖਵਿੰਦਰ ਸਿੰਘ ਜੀ, ਤੁਹਾਡਾ ਕੀ ਕਹਿਣਾ ਜੀ, ਕਿਵੇਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਆ? ਜਿਹੜੇ ਅੱਜ ਬੱਚੇ ਆ ਰਹੇ ਆ, ਪਹਿਲਾਂ ਅਸੀਂ ਇਹਨਾਂ ਬੱਚਿਆਂ ਨੂੰ ਮੈਸੇਜ ਪਾਇਆ ਪਹਿਲੇ ਦਿਨ ਕਲਾਸਾਂ ਆਫਲਾਈਨ ਲੱਗਣਗੀਆਂ, ਬੱਚਿਆਂ ਦਾ ਰਿਸਪੋਂਸ ਪੂਰਾ ਸੀਗਾ। ਅੱਜ ਮੇਰੇ ਕੋਲ ਪਲੱਸ 2 ਕਲਾਸ ਸੀਗੀ, ਅੱਜ ਬੱਚੇ ਤਕਰੀਬਨ 10 ਬੱਚੇ ਆਏ ਆ ਕਲਾਸ ਉਹ ਕਲਾਸ ਲੱਗ ਗਏ ਆ। ਉਹ ਅੱਜ ਬੱਚਿਆਂ ਦਾ ਪਹਿਲਾਂ ਜਿਹੜਾ ਔਨਲਾਈਨ ਸੀਗਾ ਸਿਰਫ ਅਸੀਂ ਗੂਗਲ ਫੋਮ ਦਿੰਦੇ ਸੀ ਉਹਨਾਂ ਨੂੰ, ਉਹਨਾਂ ਨਾਲ ਜਿਹੜੀ ਰਾਈਟਿੰਗ ਬਿਲਕੁਲ ਖਤਮ ਹੋ ਚੁੱਕੀ ਸੀ ਬੱਚਿਆਂ ਦੀ। ਹੁਣ ਆਫਲਾਈਨ ਨਾਲ ਕਲਾਸਾਂ ਜੋ ਸਕੂਲ ਵਿੱਚ ਬੱਚਿਆਂ ਨੇ ਲਿਖਣਗੇ ਇੰਨੀ ਰਾਈਟਿੰਗ ਹੋਏਗੀ, ਇੰਨੇ ਦਾ ਜਿਹੜਾ ਹੈਗਾ ਸਟੱਡੀ ਦਾ ਪੱਧਰ ਉੱਚਾ ਤਾਂ ਹੀ ਜਾਏਗਾ ਜੇ ਇਹਨੂੰ ਰਾਈਟਿੰਗ ਆਏਗੀ ਜਾਂ ਕਿਤਾਬਾਂ ਬੁੱਕਸ ਪੜ੍ਹਨਗੇ। ਅਤੇ ਨਾਲ ਸਕੂਲ ਵੱਲੋਂ ਅੱਜ ਯੂਨੀਫੋਮ ਦਿੱਤੀ ਗਈ ਆ ਸਾਰੇ ਬੱਚਿਆਂ ਨੂੰ, 6ਵੀਂ ਤੋਂ ਬਾਅਦ 6ਵੀਂ ਤੋਂ 8ਵੀਂ ਤੱਕ ਯੂਨੀਫੋਮ ਦਿੱਤੀ ਜਾ ਰਹੀ ਆ। ਸਾਰੇ ਬੱਚਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਕਿ ਯੂਨੀਫੋਮ ਲਓ, ਅੱਜ ਸਕੂਲ ਵੱਧ ਤੋਂ ਵੱਧ ਆਓ। ਮਾਪਿਆਂ ਨੂੰ ਇਹ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਅਤੇ ਵੱਧ ਤੋਂ ਵੱਧ ਭੇਜੋ, ਜੋ ਕਿ ਬੱਚਿਆਂ ਨੂੰ
आने वाले समय में बच्चा भविख बन सके। बिल्कुल जी, जे गल करिए सरकारी सीनियर सैकेंडरी स्कूल लड़के फिरोजपुर अंदर अज वड्डियां रौनकां लगियां होईयां अते मापे अपने बच्चों नूं लैके लगातार पहुँच रहे। उन्होंने इको एक ही तमन्ना, उन्हों का सुपना कि उन्होंने बच्चे फिर तो क्लासा च बैठन, पढ़ाई उच्च पढ़ाई हासिल करन, अपनी भविख च वड्डियां मल्लां मारन। अजीत वैब टीवी लई फिरोजपुर तों जसविंदर सिंह संधु। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।